ਸਤਿ ਸ਼੍ਰੀ ਅਕਾਲ ਦੋਸਤੋ, ਮੇਰੇ ਚੈਨਲ ਸਟੱਡੀ ਫਾਰ ਜੀਕੇ 'ਚ ਤੁਹਾਡਾ ਸਵਾਗਤ ਹੈ। ਪੰਜਾਬ ਜੀਕੇ ਦੀ ਇਸ ਸੀਰੀਜ਼ ਦੇ ਵਿੱਚ ਅੱਜ ਗੱਲ ਕਰਾਂਗੇ ਮਾਡਰਨ ਪੰਜਾਬ ਦੇ ਅਗਲੇ ਚੈਪਟਰ ਦੀ। ਇਸ ਤੋਂ ਪਹਿਲਾਂ ਅਪਲੋਡ ਕੀਤੀਆਂ ਹੋਈਆਂ ਵੀਡੀਓਜ਼ ਨੂੰ ਦੇਖ ਲੈਣਾ, ਔਰ ਅਗਰ ਮੇਰੇ ਚੈਨਲ ਸਟੱਡੀ ਫਾਰ ਜੀਕੇ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਅਪਡੇਟ ਸਮੇਂ ਸਿਰ ਮਿਲ ਸਕੇ। ਤਾਂ ਸ਼ੁਰੂ ਕਰਦੇ ਹਾਂ। ਪੰਜਾਬ ਰਾਜ ਯੋਜਨਾ ਬੋਰਡ ਦੀ ਸਥਾਪਨਾ ਕਦੋਂ ਕੀਤੀ ਗਈ? ਦੇਖੋ, ਪੰਜਾਬ ਰਾਜ ਦੀ ਅਗਰ ਗੱਲ ਕਰੀਏ ਤਾਂ ਇਸ ਨੂੰ ਅਸੀਂ ਬੋਲ ਸਕਦੇ ਹਾਂ ਪੰਜਾਬ ਸਟੇਟ ਪਲੈਨਿੰਗ ਬੋਰਡ। ਤਾਂ ਪੰਜਾਬ ਸਟੇਟ ਪਲੈਨਿੰਗ ਬੋਰਡ ਦੀ ਜੋ ਸਥਾਪਨਾ ਹੋਈ ਇਹ ਕਦੋਂ ਹੋਈ? ਤਾਂ ਇਸਦੀ ਜੋ ਸਥਾਪਨਾ ਹੁੰਦੀ ਹੈ ਇਹ ਹੁੰਦੀ ਹੈ 1972 ਦੇ ਵਿੱਚ। ਤਾਂ ਇਸਦਾ ਰਾਈਟ ਆਂਸਰ ਹੈ 1। ਚੰਡੀਗੜ੍ਹ ਸ਼ਹਿਰ ਕਦੋਂ ਬਣ ਕੇ ਤਿਆਰ ਹੋਇਆ ਸੀ? ਦੇਖੋ, ਚੰਡੀਗੜ੍ਹ ਸ਼ਹਿਰ ਬਣ ਕੇ ਤਿਆਰ ਹੋਇਆ ਸੀ 1960 ਦੇ ਵਿੱਚ, ਔਰ ਇਸਦਾ ਜੋ ਡਿਜ਼ਾਈਨ ਜੋ ਤਿਆਰ ਕੀਤਾ ਗਿਆ ਤਾਂ ਇਸਦਾ ਡਿਜ਼ਾਈਨ ਤਿਆਰ ਕੀਤਾ ਸੀ ਫ੍ਰੈਂਚ ਆਰਕੀਟੈਕਟ ਲੀ ਕਾਰਬੂਜ਼ੀਅਰ। ਅਯੋਕੇ ਪੰਜਾਬ ਦੇ ਗਠਨ ਸਮੇਂ ਭਾਰਤ ਦਾ ਪ੍ਰਧਾਨ ਮੰਤਰੀ ਕੌਣ ਸੀ? ਦੇਖੋ, ਅਯੋਕੇ ਪੰਜਾਬ ਦੇ ਗਠਨ ਸਮੇਂ 1 ਨਵੰਬਰ 1966 ਦੇ ਵਿੱਚ ਅਯੋਕੇ ਪੰਜਾਬ ਦਾ ਗਠਨ ਹੁੰਦਾ ਹੈ, ਔਰ ਇਸ ਸਮੇਂ ਜੋ ਪ੍ਰਧਾਨ ਮੰਤਰੀ ਸਨ ਉਹ ਸਨ ਗੁਲਜ਼ਾਰੀ ਲਾਲ ਨੰਦਾ। ਤੋ ਇਸਦਾ ਜੋ ਰਾਈਟ ਆਂਸਰ ਹੈ ਏ ਹੈ 2, ਔਰ ਗੁਲਜ਼ਾਰੀ ਲਾਲ ਨੰਦਾ 1966 ਤੋਂ 66 ਤੱਕ ਹੀ ਪ੍ਰਧਾਨ ਮੰਤਰੀ ਰਹੇ ਸੀ। ਸਤਲੁਜ ਜਮਨਾ ਲਿੰਕ ਦੀ ਸ਼ੁਰੂਆਤ ਕਦੋਂ ਕੀਤੀ ਗਈ? ਦੇਖੋ, ਸਤਲੁਜ ਜਮਨਾ ਲਿੰਕ ਦੀ ਸ਼ੁਰੂਆਤ ਕੀਤੀ ਗਈ ਸੀ 1982 ਦੇ ਵਿੱਚ। ਤੋ ਇਸਦਾ ਜੋ ਰਾਈਟ ਆਂਸਰ ਹੈ 1, ਔਰ ਇਸਦੀ ਜੋ ਕੰਸਟਰਕਸ਼ਨ ਸ਼ੁਰੂ ਕਰਵਾਈ ਗਈ ਸੀ ਇਹ ਕਰਵਾਈ ਸੀ ਉਸ ਸਮੇਂ ਦੇ PM ਇੰਦਰਾ ਗਾਂਧੀ। ਵਾਹਗਾ ਬਾਰਡਰ ਸੈਰਮਨੀ ਦੀ ਸ਼ੁਰੂਆਤ ਕਦੋਂ ਕੀਤੀ ਗਈ? ਦੇਖੋ, ਵਾਹਗਾ ਬਾਰਡਰ ਸੈਰਮਨੀ ਦੀ ਸ਼ੁਰੂਆਤ ਕੀਤੀ ਗਈ ਸੀ 1969 ਦੇ ਵਿੱਚ। ਤੋ ਇਸਦਾ ਜੋ ਰਾਈਟ ਆਂਸਰ ਹੈ ਉਹ ਹੈ 3। ਪੰਜਾਬ ਆਰਮਡ ਪੁਲਿਸ ਦਾ ਮੁੱਖ ਦਫ਼ਤਰ ਕਿੱਥੇ ਸਥਿਤ ਹੈ? ਦੇਖੋ, ਪੰਜਾਬ ਆਰਮਡ ਪੁਲਿਸ ਦਾ ਮੁੱਖ ਦਫ਼ਤਰ ਸਥਿਤ ਹੈ ਜਲੰਧਰ ਦੇ ਵਿੱਚ। ਤੋ ਇਸਦਾ ਜੋ ਰਾਈਟ ਆਂਸਰ ਹੈ 3। ਬਈਆ ਫੋਰਟ ਪੰਜਾਬ ਦੇ ਕਿਹੜੇ ਸ਼ਹਿਰ ਵਿੱਚ ਹੈ? ਦੇਖੋ, ਬਈਆ ਫੋਰਟ ਬਿਲਡ ਕੀਤਾ ਗਿਆ ਸੀ 1930 ਦੇ ਵਿੱਚ, ਔਰ ਇਹ ਉਸ ਸਮੇਂ ਦੇ ਮਹਾਰਾਜਾ ਭੁਪਿੰਦਰ ਸਿੰਘ ਪਟਿਆਲੇ ਦੇ ਉਹਨਾਂ ਦੀ ਰੈਜੀਡੈਂਸ ਆਫ ਆਰਮ ਦੇ ਲਈ ਯੂਜ਼ ਕੀਤਾ ਜਾਂਦਾ ਸੀ, ਔਰ ਇਹ ਜੋ ਬਈਆ ਫੋਰਟ ਹੈ ਇਹ ਹੈ ਬਠਿੰਡੇ ਦੇ ਵਿੱਚ, ਔਰ ਐਕਚੁਅਲ ਦੇ ਵਿੱਚ ਇਹ ਗਰੁੱਪ ਆਫ 22 ਵਿਲੇਜ ਨੂੰ ਕਵਰ ਕਰਦਾ ਸੀ, ਇਸ ਕਰਕੇ ਇਸ ਫੋਰਟ ਦਾ ਨਾਮ ਹੀ ਬਈਆ ਫੋਰਟ ਪਿਆ। ਰਾਣੀ ਕਾ ਤਲਾਬ ਦਾ ਸੰਬੰਧ ਕਿਹੜੇ ਸ਼ਹਿਰ ਨਾਲ ਹੈ? ਦੇਖੋ, ਰਾਣੀ ਕਾ ਤਲਾਬ ਦਾ ਸੰਬੰਧ ਹੈ ਫਿਰੋਜ਼ਪੁਰ ਨਾਲ। ਤੋਂ ਇਸਦਾ ਜੋ ਰਾਈਟ ਆਂਸਰ ਹੈ ਇਹ ਹੈ 1। ਅਯੋਕੇ ਯੁੱਗ ਦਾ ਭਾਈ ਕਨਈਆ ਕਿਸ ਨੂੰ ਕਿਹਾ ਜਾਂਦਾ ਹੈ? ਦੇਖੋ, ਅਯੋਕੇ ਯੁੱਗ ਦਾ ਭਾਈ ਕਨਈਆ ਕਿਹਾ ਜਾਂਦਾ ਹੈ ਭਗਤ ਪੂਰਨ ਸਿੰਘ ਨੂੰ। ਤੋਂ ਇਸਦਾ ਜੋ ਰਾਈਟ ਆਂਸਰ ਹੈ ਇਹ ਹੈ 1। ਮੁਕਤਸਰ ਕਿਹੜੇ ਜ਼ਿਲ੍ਹੇ ਤੋਂ ਅਲੱਗ ਹੋਇਆ ਹੈ? ਦੇਖੋ, ਮੁਕਤਸਰ ਫਰੀਦਕੋਟ ਜ਼ਿਲ੍ਹੇ ਤੋਂ ਅਲੱਗ ਹੋ ਕੇ ਡਿਸਟ੍ਰਿਕਟ ਬਣਿਆ 7 ਨਵੰਬਰ 1995 ਦੇ ਵਿੱਚ। ਨਗਾਰੇ ਦੀ ਦਰਗਾਹ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਸਥਿਤ ਹੈ? ਦੇਖੋ, ਨਗਾਰੇ ਦੀ ਦਰਗਾਹ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਸਥਿਤ ਹੈ। ਤਾਂ ਇਸਦਾ ਜੋ ਰਾਈਟ ਆਂਸਰ ਹੈ 3। ਹਾਕੀ ਦੀ ਨਰਸਰੀ ਕਿਹੜੇ ਪਿੰਡ ਨੂੰ ਕਿਹਾ ਜਾਂਦਾ ਹੈ? ਦੇਖੋ, ਹਾਕੀ ਦੀ ਨਰਸਰੀ ਕਿਹਾ ਜਾਂਦਾ ਹੈ ਸੰਸਾਰਪੁਰ ਨੂੰ। ਤੋਂ ਇਸਦਾ ਜੋ ਰਾਈਟ ਆਂਸਰ ਹੈ 1, ਔਰ ਸੰਸਾਰਪੁਰ ਜਲੰਧਰ ਡਿਸਟ੍ਰਿਕਟ ਦੇ ਵਿੱਚ ਪੈਣ ਵਾਲਾ ਇੱਕ ਪਿੰਡ। ਪੰਜਾਬ ਦੇ ਕਿਹੜੇ ਸ਼ਹਿਰ ਦਾ ਪੁਰਾਣਾ ਸੰਸਕ੍ਰਿਤ ਨਾਂ ਵਿਕਰਮਗੜ੍ਹ ਸੀ? ਦੇਖੋ, ਵਿਕਰਮਗੜ੍ਹ ਜੋ ਨਾਮ ਹੈ ਇਹ ਨਾਮ ਹੈ ਬਠਿੰਡੇ ਦਾ। ਤੋ ਇਸਦਾ ਜੋ ਰਾਈਟ ਆਂਸਰ ਸੀਗਾ ਇਹ ਸੀਗਾ 2। ਦੇਖੋ, ਇੱਥੇ ਮੁਕਤਸਰ ਵੀ ਹੈ, ਤੋ ਮੁਕਤਸਰ ਦਾ ਨਾਮ ਵੀ ਸੀ ਖਿਦਰਾਣਾ।
ਬਠਿੰਡੇ ਦੇ ਕਿਲੇ ਕਿਲਾ ਮੁਬਾਰਕ ਦਾ ਸੰਬੰਧ ਦਿੱਲੀ ਦੇ ਕਿਸ ਵੰਸ਼ ਨਾਲ ਹੈ? ਦੇਖੋ, ਬਠਿੰਡੇ ਦੇ ਕਿਲੇ ਕਿਲਾ ਮੁਬਾਰਕ ਦਾ ਸੰਬੰਧ ਹੈ ਗੁਲਾਮ ਵੰਸ਼ ਦੇ ਨਾਲ। ਦੇਖੋ, ਇਹ ਗੱਲ ਯਾਦ ਰੱਖਿਓ ਕਿ ਡਾਇਰੈਕਟਲੀ ਕੋਈ ਸੰਬੰਧ ਨਹੀਂ ਹੈਗਾ, ਲੇਕਿਨ ਗੁਲਾਮ ਵੰਸ਼ ਦੀ ਜੋ ਸੁਲਤਾਨਾ ਸੀ ਔਰ ਦਿੱਲੀ ਸਲਤਨਤ ਦੀ ਪਹਿਲੀ ਔਰ ਆਖਰੀ ਸੁਲਤਾਨਾ ਰਜ਼ੀਆ ਸੁਲਤਾਨ ਇਸ ਕਿਲੇ ਦੇ ਵਿੱਚ ਕੈਦ ਕੀਤੀ ਗਈ ਔਰ ਇਸ ਨੂੰ ਕੈਦ ਕੀਤਾ ਸੀ ਅਲਤੂਨੀਆ ਨੇ। ਅਲਤੂਨੀਆ ਜੋ ਉਸ ਸਮੇਂ ਬਠਿੰਡੇ ਦਾ ਗਵਰਨਰ ਸੀ, ਇਸਨੇ ਰਜ਼ੀਆ ਸੁਲਤਾਨਾ ਨੂੰ ਕੈਦ ਕੀਤਾ ਸੀਗਾ ਔਰ ਇਸੇ ਕਰਕੇ ਕਿਲ੍ਹਾ ਮੁਬਾਰਕ ਨੂੰ ਰਜ਼ੀਆ ਸੁਲਤਾਨਾ ਕਿਲੇ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਅਯੋਕੇ ਪੰਜਾਬ ਦੇ ਗਠਨ ਸਮੇਂ ਪੰਜਾਬ ਦਾ ਨਵਾਂ ਜ਼ਿਲ੍ਹਾ ਕਿਹੜਾ ਹੋਂਦ ਵਿੱਚ ਆਇਆ? ਦੇਖੋ, ਅਯੋਕੇ ਪੰਜਾਬ ਦੇ ਗਠਨ ਸਮੇਂ ਪੰਜਾਬ ਦਾ ਜੋ ਜ਼ਿਲ੍ਹਾ ਹੋਂਦ ਵਿੱਚ ਆਇਆ ਉਹ ਸੀ ਰੂਪਨਗਰ। ਤੋ ਇਸਦਾ ਜੋ ਰਾਈਟ ਆਂਸਰ ਹੈ ਉਹ ਹੈ 3। ਪਾਣੀ ਵਸੀਲਿਆਂ ਦਾ ਅਜਾਇਬ ਘਰ ਕਿੱਥੇ ਸਥਿਤ ਹੈ? ਤੋ ਦੇਖੋ, ਪਾਣੀ ਵਸੀਲਿਆਂ ਦਾ ਅਜਾਇਬ ਘਰ ਸਥਿਤ ਹੈ ਲੁਧਿਆਣਾ ਦੇ ਵਿੱਚ। ਤੋ ਇਸਦਾ ਜੋ ਰਾਈਟ ਆਂਸਰ ਹੈ ਉਹ ਹੈ 4। ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਉਦਘਾਟਨ ਕਿਸ ਨੇ ਕੀਤਾ ਸੀ? ਦੇਖੋ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਜੋ ਉਦਘਾਟਨ ਕੀਤਾ ਸੀ ਇਹ ਕੀਤਾ ਸੀ ਡਾਕਟਰ ਐਸ ਰਾਧਾ ਕ੍ਰਿਸ਼ਨ ਨੇ। ਤੋ ਇਸਦਾ ਜੋ ਰਾਈਟ ਆਂਸਰ ਹੈ ਉਹ ਹੈ 3। ਔਰ ਪੰਜਾਬੀ ਯੂਨੀਵਰਸਿਟੀ ਜੂਨ 24, 1962 ਦੇ ਵਿੱਚ ਐਸਟੈਬਲਿਸ਼ ਕੀਤੀ ਗਈ ਔਰ ਉਸ ਸਮੇਂ ਦੇ ਪ੍ਰੈਜ਼ੀਡੈਂਟ ਡਾਕਟਰ ਐਸ ਰਾਧਾ ਕ੍ਰਿਸ਼ਨ ਨੇ ਇਸ ਨੂੰ ਉਦਘਾਟਨ ਕੀਤਾ ਗਿਆ। ਕਿਹੜੇ ਸ਼ਹਿਰ ਦਾ ਨਾਂ ਪੱਟੀ ਰਾਜਪੂਤ ਰਾਜਿਆਂ ਦੇ ਨਾਂ 'ਤੇ ਰੱਖਿਆ ਗਿਆ? ਦੇਖੋ, ਜੋ ਪੱਟੀ ਰਾਜਪੂਤ ਰਾਜਿਆਂ 'ਤੇ ਨਾਮ ਰੱਖਿਆ ਗਿਆ ਜਿਸ ਸ਼ਹਿਰ ਦਾ, ਪੰਜਾਬ ਦਾ ਸ਼ਹਿਰ ਬਠਿੰਡਾ। ਤੋਂ ਬਠਿੰਡੇ ਦਾ ਨਾਮ ਰੱਖਿਆ ਗਿਆ ਪੱਟੀ ਰਾਜਪੂਤ ਰਾਜਿਆਂ ਦੇ ਨਾਮ 'ਤੇ। ਮੋਹਾਲੀ ਕਿਹੜੇ ਜ਼ਿਲ੍ਹੇ ਤੋਂ ਅਲੱਗ ਹੋਇਆ ਹੈ? ਦੇਖੋ, ਮੋਹਾਲੀ ਅਲੱਗ ਹੋਇਆ ਹੈ ਰੂਪਨਗਰ ਤੋਂ। ਇਸਦਾ ਜੋ ਰਾਈਟ ਆਂਸਰ ਹੈ 2। ਪੰਜਾਬ ਦੇ ਕਿਹੜੇ ਸ਼ਹਿਰ ਵਿੱਚ ਸਟਾਕ ਐਕਸਚੇਂਜ ਐਸੋਸੀਏਸ਼ਨ ਹੈ? ਤੋ ਦੇਖੋ, ਸਟਾਕ ਐਕਸਚੇਂਜ ਐਸੋਸੀਏਸ਼ਨ ਹੈ ਲੁਧਿਆਣਾ ਦੇ ਵਿੱਚ। ਤੋਂ ਇਸਦਾ ਜੋ ਰਾਈਟ ਆਂਸਰ ਹੈ 2। ਫਤਿਹ ਬੁਰਜ ਕਿਸ ਨੂੰ ਸਮਰਪਿਤ ਹੈ? ਦੇਖੋ, ਫਤਿਹ ਬੁਰਜ ਸਮਰਪਿਤ ਹੈ ਸੁਤੰਤਰ ਸਿੱਖ ਰਾਜ। ਤੋ ਇਸਦਾ ਜੋ ਰਾਈਟ ਆਂਸਰ ਹੈ 4। ਮੀਰ ਹੋਤਾ ਪੰਜਾਬ ਦੇ ਕਿਹੜੇ ਸ਼ਹਿਰ ਦਾ ਪੁਰਾਣਾ ਨਾਮ ਹੈ? ਦੇਖੋ, ਮੀਰ ਹੋਤਾ ਲੁਧਿਆਣਾ ਦਾ ਪੁਰਾਣਾ ਨਾਮ ਹੈ, ਯਾਦ ਰੱਖਣਾ ਤੁਸੀਂ। ਪੰਜਾਬ ਦਾ ਮਾਨਚੈਸਟਰ ਕਿਸ ਸ਼ਹਿਰ ਨੂੰ ਕਿਹਾ ਜਾਂਦਾ ਹੈ? ਦੇਖੋ, ਪੰਜਾਬ ਦਾ ਮਾਨਚੈਸਟਰ ਕਿਹਾ ਜਾਂਦਾ ਹੈ ਲੁਧਿਆਣਾ ਸ਼ਹਿਰ ਨੂੰ। ਤੋ ਇਸਦਾ ਰਾਈਟ ਆਂਸਰ ਹੈ 1। ਸ਼੍ਰੀ ਪਾਉਂਟਾ ਸਾਹਿਬ ਕਿਹੜੀ ਨਦੀ ਦੇ ਕਿਨਾਰੇ ਸਥਿਤ ਹੈ? ਤੋ ਦੇਖੋ, ਸ਼੍ਰੀ ਪਾਉਂਟਾ ਸਾਹਿਬ ਜਮੁਨਾ ਨਦੀ ਦੇ ਕਿਨਾਰੇ ਤੇ ਸਥਿਤ ਹੈ। ਤੋ ਇਸਦਾ ਜੋ ਰਾਈਟ ਆਂਸਰ ਹੈ ਉਹ ਹੈ 3। ਝੀਲਾਂ ਦਾ ਸ਼ਹਿਰ ਪੰਜਾਬ ਦੇ ਕਿਹੜੇ ਸ਼ਹਿਰ ਨੂੰ ਕਿਹਾ ਜਾਂਦਾ ਹੈ? ਦੇਖੋ, ਝੀਲਾਂ ਦਾ ਸ਼ਹਿਰ ਕਿਹਾ ਜਾਂਦਾ ਹੈ ਬਠਿੰਡਾ ਸ਼ਹਿਰ ਨੂੰ। ਤੋ ਇਸਦਾ ਜੋ ਰਾਈਟ ਆਂਸਰ ਹੈ ਇਹ ਹੈ 3। ਨਾਨਕਸ਼ਾਹੀ ਕੈਲੰਡਰ ਨੂੰ ਕਿਸ ਨੇ ਜਾਰੀ ਕੀਤਾ ਸੀ? ਦੇਖੋ, ਨਾਨਕਸ਼ਾਹੀ ਕੈਲੰਡਰ ਨੂੰ ਜਾਰੀ ਕੀਤਾ ਸੀ ਚੀਫ ਖਾਲਸਾ ਦੀਵਾਨ ਨੇ। ਤੋ ਇਸਦਾ ਜੋ ਰਾਈਟ ਆਂਸਰ ਹੈ 2। ਪੰਜਾਬ ਵਿੱਚ ਤਖਤੇ ਅਕਬਰੀ ਨਾਮਕ ਸਥਲ ਕਿੱਥੇ ਸਥਿਤ ਹੈ? ਦੇਖੋ, ਪੰਜਾਬ ਵਿੱਚ ਤਖਤੇ ਅਕਬਰੀ ਨਾਮਕ ਸਥਲ ਸਥਾਪਿਤ ਹੈ ਗੁਰਦਾਸਪੁਰ ਦੇ ਵਿੱਚ। ਐਕਚੁਅਲ ਦੇ ਵਿੱਚ ਗੁਰਦਾਸਪੁਰ ਦਾ ਇੱਕ ਪਿੰਡ ਕਲਾਨੌਰ, ਜਿੱਥੋਂ ਕਿ ਅਕਬਰ ਦਾ ਰਾਜ ਤਿਲਕ ਕੀਤਾ ਗਿਆ ਸੀ ਆਫਟਰ ਦਾ ਪਾਨੀਪਤ ਵਾਰ, ਸੈਕਿੰਡ ਪਾਨੀਪਤ ਦੀ ਜੋ ਲੜਾਈ ਹੋਈ ਉਸ ਤੋਂ ਬਾਅਦ ਕਲਾਨੌਰ 'ਚ ਜੋ ਗੁਰਦਾਸਪੁਰ ਦਾ ਏਰੀਆ, ਇੱਥੋਂ ਹੀ ਅਕਬਰ ਦਾ ਰਾਜ ਤਿਲਕ ਕੀਤਾ ਗਿਆ ਸੀਗਾ। ਗੁਰਦੁਆਰਾ ਜੋਤੀ ਸਵਰੂਪ ਸਾਹਿਬ ਕਿੱਥੇ ਸਥਿਤ ਹੈ? ਦੇਖੋ, ਗੁਰਦੁਆਰਾ ਜੋਤੀ ਸਵਰੂਪ ਸਾਹਿਬ ਸਥਿਤ ਹੈ ਫਤਿਹਗੜ੍ਹ ਸਾਹਿਬ ਦੇ ਵਿੱਚ। ਤੋਂ ਇਸਦਾ ਜੋ ਰਾਈਟ ਆਂਸਰ ਹੈ ਇਹ ਹੈ 3। ਪੰਜਾਬ ਵਿੱਚ ਮੁਕਤੇ ਮੀਨਾਰ ਕਿੱਥੇ ਸਥਿਤ ਹੈ? ਤੋ ਦੇਖੋ, ਪੰਜਾਬ ਵਿੱਚ ਮੁਕਤੇ ਮੀਨਾਰ ਸਥਿਤ ਹੈ ਮੁਕਤਸਰ ਦੇ ਵਿੱਚ। ਤੋਂ ਇਸਦਾ ਜੋ ਰਾਈਟ ਆਂਸਰ ਹੈ ਉਹ ਹੈ 3। ਔਰ ਮੁਕਤਸਰ ਦਾ ਅਗਰ ਪੁੱਛ ਲੈਣ ਪੁਰਾਣਾ ਨਾਮ ਤਾਂ ਉਹ ਹੈ ਖਿਦਰਾਣਾ। ਪੰਜਾਬ ਵਿੱਚ ਸਰਵ ਸਿੱਖਿਆ ਅਭਿਆਨ ਦੀ ਸ਼ੁਰੂਆਤ ਕਦੋਂ ਕੀਤੀ ਗਈ? ਤੋ ਦੇਖੋ, ਪੰਜਾਬ ਵਿੱਚ ਸਰਵ ਸਿੱਖਿਆ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਸੀ 2002 ਦੇ ਵਿੱਚ। ਤੋ ਇਸਦਾ ਜੋ ਰਾਈਟ ਆਂਸਰ ਹੈ
ए है 2। तो थैंक यू फॉर वॉचिंग। प्लीज मेरे चैनल स्टडी फॉर जीके नू सब्सक्राइब कर लो, बेल आइकन नू प्रेस कर लो ताजो अपडेट समय से मिल सके, और इस सीरीज दीयां वीडियोज़ नू देखने लई मेरे नाल जुड़े रहो। तो थैंक यू।